ਅੱਜ ਤਾਂ ਬਲੋਰਾਂ ਤਾਂ ਚੋਣਾਂ ਚੱਲ ਰਹੀਆਂ ਚੋਣਾਂ ਇਲੈਕਸ਼ਨ ਕੰਪੇਨ ਸੂਰ ਸਾਹਿਬ ਦੇ ਹਾਲ ਚਾਲ ਪੁੱਛਣ ਲਿਆ ਆਏ ਹਾਂ ਵਧੀਆ ਕੰਪੇਨ ਚੱਲ ਰਹੀ ਆ ਮੈਂ ਤਾਂ ਹੁਣੇ ਉਹਨਾਂ ਨੂੰ ਮਿਲਿਆ ਕਿ ਬਹੁਤ ਵਧੀਆ ਕੰਪੇਨ ਚੱਲ ਰਹੀ ਆ ਬਹੁਤ ਸਾਰੇ ਵਰਕਰ ਇਕੱਠੇ ਹੋ ਕੇ ਚੱਲ ਰਹੇ ਨੇ ਬੜਾ ਸੰਤੁਸ਼ਟੀ ਵਾਲੀ ਗੱਲ ਹੈ ਕਿ ਸਾਰੇ ਵਰਕਰ ਇੱਕ ਵਾਰ ਜੁੱਟ ਹੋ ਕੇ ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਭਾਈ ਮੋਦੀ ਜੀ ਦਾ ਸੁਨੇਹਾ ਲੈ ਕੇ ਲੋਕਾਂ ਤੱਕ ਜਾ ਰਹੇ ਨੇ ਇਹ ਹਾਂਜੀ ਕਿੱਥੇ ਕੰਪੇਨ ਕਰਨ ਜਾ ਰਹੇ ਮੈਂ ਤਾਂ ਪੇਪਰ ਫਾਈਲ ਕਰਾਉਣ ਆਇਆ ਸੀ ਬਕੇਰੀਆਂ ਕਰਾਏ ਅੱਜ ਹੁਸ਼ਿਆਰਪੁਰ ਉੱਥੇ ਦਸੂਏ ਕਰਾਏ ਨੇ ਇਹ ਤੋਂ ਬਾਅਦ ਇੱਥੇ ਆਇਆ ਹਾਂਜੀ ਹੁਣ ਦਾ ਕੀ ਪ੍ਰੋਗਰਾਮ ਹੈ ਤੁਹਾਡਾ ਕੋਲ ਹੁਣ ਤਾਂ ਇਹਨਾਂ ਦੇ ਮਿਲ ਰਹੇ ਬਸ ਬਾਜ਼ਾਰ ਡੋਰ ਟੂ ਡੋਰ ਮਿਲ ਰਹਾ ਦੂਸਰੇ ਪਾਸੇ ਗੱਲ ਕਰੀਏ ਦੂਸਰੀ ਲਿਸਟ ਜਾਰੀ ਕਰਤੀ ਭਾਜਪਾ ਨੇ ਹਾਂ ਬਈ ਵਾਲਾ ਵੀ ਟਿਕਟ ਸਾਪਲਾਈ ਨੂੰ ਦੇਤੀ ਬਹੁਤ ਵਧੀਆ ਸਾਡੇ ਕੈਂਡੀਡੇਟ ਨੇ ਸਾਡੇ ਵਧੀਆ ਨੇ ਤੁਹਾਨੂੰ ਕੋਈ ਸ਼ੱਕ ਹੈ ਪਰ ਉਮੀਦ ਸੀ ਕਿ ਵੀ ਨਹੀਂ ਤੁਸੀਂ ਐਵੇਂ ਆਪਣੇ ਕੋਲੋਂ ਡਾਊਟ ਨਾ ਬਣਾਇਆ ਕਰੋ ਭਾਰਤੀ ਜਨਤਾ ਪਾਰਟੀ ਦੀ ਟਿਕਟ ਹੈ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਹੈ ਸਾਥ ਦਊਂਗੇ ਕੋਈ ਚੱਕ ਹੈ ਭਾਰਤੀ ਜਨਤਾ ਪਾਰਟੀ ਦਾ ਝੰਡਾ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਐਮ ਪੀ ਬਣਾਇਆ ਮੰਤਰੀ ਬਣਾਇਆ ਭਾਰਤੀ ਜਨਤਾ ਪਾਰਟੀ ਲੜੀ ਲੜ ਰਹੀ ਹੈ ਘਰੇਲੂ ਬਸਰੇ ਨੇ ਸਿੱਧੂ ਨੂੰ ਵੈਸੇ ਲੋਕੀ ਸਾਰੇ ਜਾਣਦੇ ਨੇ ਕਿਹੋ ਜਿਹੇ ਕਿਰਦਾਰ ਦਾ ਬੰਦਾ ਇਸ ਕਰਕੇ ਉਹਦੇ ਘਰੇਲੂ ਬਸਰੇ ਮੈਂ ਕੀ ਕਹਿ ਸਕਦਾ ਰਾਹੁਲ ਗਾਂਧੀ ਕਹਿੰਦੇ ਵੀ ਸੀਐਮ ਦਾ ਚਿਹਰਾ ਅਨਾਉਂਸ ਕਰਕੇ ਫੇਰ ਇਲੈਕਸ਼ਨ ਲੜਾਂਗੇ ਚਲੋ ਕਰ ਦੇਣ ਚੰਗੀ ਗੱਲ ਹੈ ਪਤਾ ਲੱਗ ਜੂਗਾ ਅੱਜ ਤਾਂ ਬਲੋਰਾਂ ਤਾਂ ਚੋਣਾਂ ਚੱਲ ਰਹੀਆਂ ਚੋਣਾਂ ਇਲੈਕਸ਼ਨ ਕੰਪੇਨ ਸੂਰ ਸਾਹਿਬ ਦੇ ਹਾਲ ਚਾਲ ਪੁੱਛਣ ਲਿਆ ਆਏ ਹਾਂ ਵਧੀਆ ਕੰਪੇਨ ਚੱਲ ਰਹੀ ਆ ਮੈਂ ਤਾਂ ਹੁਣੇ ਉਹਨਾਂ ਨੂੰ ਮਿਲਿਆ ਕਿ ਬਹੁਤ ਵਧੀਆ ਕੰਪੇਨ ਚੱਲ ਰਹੀ ਆ ਬਹੁਤ ਸਾਰੇ ਵਰਕਰ ਇਕੱਠੇ ਹੋ ਕੇ ਚੱਲ ਰਹੇ ਨੇ ਬੜਾ ਸੰਤੁਸ਼ਟੀ ਵਾਲੀ ਗੱਲ ਹੈ ਕਿ ਸਾਰੇ ਵਰਕਰ ਇੱਕ ਵਾਰ ਜੁੱਟ ਹੋ ਕੇ ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਭਾਈ ਮੋਦੀ ਜੀ ਦਾ ਸੁਨੇਹਾ ਲੈ ਕੇ ਲੋਕਾਂ ਤੱਕ ਜਾ ਰਹੇ ਨੇ ਇਹ ਹਾਂਜੀ ਕਿੱਥੇ ਕੰਪੇਨ ਕਰਨ ਜਾ ਰਹੇ ਮੈਂ ਤਾਂ ਪੇਪਰ ਫਾਈਲ ਕਰਾਉਣ ਆਇਆ ਸੀ ਬਕੇਰੀਆਂ ਕਰਾਏ ਅੱਜ ਹੁਸ਼ਿਆਰਪੁਰ ਉੱਥੇ ਦਸੂਏ ਕਰਾਏ ਨੇ ਇਹ ਤੋਂ ਬਾਅਦ ਇੱਥੇ ਆਇਆ ਹਾਂਜੀ ਹੁਣ ਦਾ ਕੀ ਪ੍ਰੋਗਰਾਮ ਹੈ ਤੁਹਾਡਾ ਕੋਲ ਹੁਣ ਤਾਂ ਇਹਨਾਂ ਦੇ ਮਿਲ ਰਹੇ ਬਸ ਬਾਜ਼ਾਰ ਡੋਰ ਟੂ ਡੋਰ ਮਿਲ ਰਹਾ ਦੂਸਰੇ ਪਾਸੇ ਗੱਲ ਕਰੀਏ ਦੂਸਰੀ ਲਿਸਟ ਜਾਰੀ ਕਰਤੀ ਭਾਜਪਾ ਨੇ ਹਾਂ ਬਈ ਵਾਲਾ ਵੀ ਟਿਕਟ ਸਾਪਲਾਈ ਨੂੰ ਦੇਤੀ ਬਹੁਤ ਵਧੀਆ ਸਾਡੇ ਕੈਂਡੀਡੇਟ ਨੇ ਸਾਡੇ ਵਧੀਆ ਨੇ ਤੁਹਾਨੂੰ ਕੋਈ ਸ਼ੱਕ ਹੈ ਪਰ ਉਮੀਦ ਸੀ ਕਿ ਵੀ ਨਹੀਂ ਤੁਸੀਂ ਐਵੇਂ ਆਪਣੇ ਕੋਲੋਂ ਡਾਊਟ ਨਾ ਬਣਾਇਆ ਕਰੋ ਭਾਰਤੀ ਜਨਤਾ ਪਾਰਟੀ ਦੀ ਟਿਕਟ ਹੈ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਹੈ ਸਾਥ ਦਊਂਗੇ ਕੋਈ ਚੱਕ ਹੈ ਭਾਰਤੀ ਜਨਤਾ ਪਾਰਟੀ ਦਾ ਝੰਡਾ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਐਮ ਪੀ ਬਣਾਇਆ ਮੰਤਰੀ ਬਣਾਇਆ ਭਾਰਤੀ ਜਨਤਾ ਪਾਰਟੀ ਲੜੀ ਲੜ ਰਹੀ ਹੈ ਘਰੇਲੂ ਬਸਰੇ ਨੇ ਸਿੱਧੂ ਨੂੰ ਵੈਸੇ ਲੋਕੀ ਸਾਰੇ ਜਾਣਦੇ ਨੇ ਕਿਹੋ ਜਿਹੇ ਕਿਰਦਾਰ ਦਾ ਬੰਦਾ ਇਸ ਕਰਕੇ ਉਹਦੇ ਘਰੇਲੂ ਬਸਰੇ ਮੈਂ ਕੀ ਕਹਿ ਸਕਦਾ ਰਾਹੁਲ ਗਾਂਧੀ ਕਹਿੰਦੇ ਵੀ ਸੀਐਮ ਦਾ ਚਿਹਰਾ ਅਨਾਊਂਸ ਕਰਕੇ ਫੇਰ ਇਲੈਕਸ਼ਨ ਲੜਾਂਗੇ ਚਲੋ ਕਰ ਦੇਣ ਚੰਗੀ ਗੱਲ ਹੈ ਪਤਾ ਲੱਗ ਜੂਗਾ